ਦਖਲ ਸਟੀਵ ਦੇਖ ਰਹੇ ਹੋ, ਮੈਂ ਰਾਹੁਲ ਕਾਲਾ। ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ, ਪਰ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ। ਸਿਰਫ ਦਿਖਾਵੇ ਦੇ ਲਈ ਕਦੇ ਵੀ ਚੰਗੇ ਨਾ ਬਣੋ, ਕਿਉਂਕਿ ਰੱਬ ਤੁਹਾਨੂੰ ਬਾਹਰੋਂ ਘੱਟ ਅੰਦਰੋਂ ਚੰਗੀ ਤਰ੍ਹਾਂ ਜਾਣਦਾ। ਹੁਣ ਨਜ਼ਰ ਮਾਰਦੇ ਹੈਡਲਾਈਨਸ ਤੇ। ਸੋਨੇ ਚਾਂਦੀ ਦੀ ਕੀਮਤ ਦੇ ਵਿੱਚ ਰਿਕਾਰਡ ਤੋੜ ਹੋਇਆ ਵਾਧਾ। ਪਹਿਲੀ ਵਾਰ ਸੋਨੇ ਦੀ ਕੀਮਤ ਹੋਈ 71,000 ਤੋਂ ਪਾਰ, 82,000 ਤੋਂ ਪਾਰ ਹੋਇਆ ਚਾਂਦੀ ਦਾ ਰੇਟ। ਮੂਸੇਵਾਲਾ ਦੇ ਪਿਤਾ ਵੱਲੋਂ ਚੋਣ ਲੜਨ ਦੇ ਬਿਆਨ ਤੇ ਬੋਲੇ ਰਾਜਾ ਬੜਿੰਗ, ਕਿਹਾ ਬਲਕੌਰ ਸਿੰਘ ਦਾ ਨਿੱਜੀ ਫੈਸਲਾ ਕਿ ਉਹਨਾਂ ਨੇ ਚੋਣ ਲੜਨੀ ਹੈ ਜਾਂ ਨਹੀਂ ਲੜਨੀ। ਫਤਿਹਗੜ੍ਹ ਸਾਹਿਬ ਪਹੁੰਚੇ ਸੁਖਬੀਰ ਸਿੰਘ ਬਾਦਲ, ਕਿਹਾ ਦਿੱਲੀ ਦੀਆਂ ਪਾਰਟੀਆਂ ਨੂੰ ਭਜਾਓ ਤੇ ਪੰਜਾਬ ਬਚਾਓ। ਨਸ਼ਿਆਂ ਨੂੰ ਲੈ ਕੇ ਸਰਕਾਰ ਤੇ ਸਾਧਿਆ ਨਿਸ਼ਾਨਾ, ਕਿਹਾ ਨੌਜਵਾਨੀ ਖਰਾਬ ਕਰ ਦਿੱਤੀ। ਅਨਿਲ ਜੋਸ਼ੀ ਦੇ ਹੱਕ ਦੇ ਵਿੱਚ ਬੋਲੇ ਬਿਕਰਮ ਸਿੰਘ ਮਜੀਠੀਆ, ਕਿਹਾ ਅਨਿਲ ਜੋਸ਼ੀ ਹੁਣ ਅਕਾਲੀ ਦਲ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ। ਆਪ ਦੇ MLA ਜਗਦੀਪ ਗੋਲਡੀ ਕੰਬੋਜ ਦੇ ਪਿਤਾ ਲੜਨਗੇ ਚੋਣ। ਬਸਪਾ ਨੇ ਸੁਰਿੰਦਰ ਕੰਬੋਜ ਨੂੰ ਫਿਰੋਜ਼ਪੁਰ ਤੋਂ ਐਲਾਨਿਆ ਉਮੀਦਵਾਰ। 15 ਦਿਨਾਂ 'ਚ ਦੂਸਰੀ ਪਾਰਟੀ ਬਦਲੀ, 24 ਮਾਰਚ ਨੂੰ ਜੁਆਇਨ ਕੀਤੀ ਸੀ ਅਕਾਲੀ ਦਲ ਅੰਮ੍ਰਿਤਸਰ। ਅਕਾਲੀ ਦਲ ਅੰਮ੍ਰਿਤਸਰ ਨੇ ਐਲਾਨੇ ਉਮੀਦਵਾਰ। MP ਸਿਮਰਜੀਤ ਸਿੰਘ ਮਾਨ ਦਾ ਪੁੱਤ ਲੜੇਗਾ ਲੋਕ ਸਭਾ ਚੋਣ। ਅੰਮ੍ਰਿਤਸਰ ਤੋਂ ਇਮਾਨ ਸਿੰਘ ਮਾਨ ਨੂੰ ਦਿੱਤੀ ਟਿਕਟ। ਮਾਨ ਹੁਣ ਤੱਕ ਪੰਜਾਬ 'ਚ 8 ਅਤੇ ਹਰਿਆਣਾ 'ਚ 2 ਉਮੀਦਵਾਰਾਂ ਦਾ ਕਰ ਚੁੱਕੇ ਨੇ ਐਲਾਨ। ਰਾਜਨੀਤੀ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ ਵਿਚਾਲੇ ਸੰਜੇ ਦੱਤ ਦਾ ਬਿਆਨ ਆਇਆ ਸਾਹਮਣੇ, ਕਿਹਾ ਮੈਂ ਕਿਸੇ ਪਾਰਟੀ 'ਚ ਸ਼ਾਮਲ ਨਹੀਂ ਹੋ ਰਿਹਾ ਤੇ ਨਾ ਹੀ ਲੜ ਰਿਹਾ ਚੋਣ। ਪਾਣੀ ਵਾਲੀ ਡਿੱਗੀ 'ਚ ਡੁੱਬਣ ਦੇ ਕਾਰਨ 3 ਸਾਲਾ ਮਾਸੂਮ ਦੀ ਹੋਈ ਮੌਤ। ਮਾਪਿਆਂ ਦਾ ਇਕਲੌਤਾ ਪੁੱਤ ਸੀ, ਮਲੌੜ ਦਾ ਇਹ ਕੰਮ, ਆਪਣੇ ਨਾਨਕੇ ਘਰ ਰਹਿੰਦਾ ਸੀ। ਅਬੋਹਰ 'ਚ ਸ਼ੋਕ ਸਭਾ 'ਚ ਜਾਂਦੇ ਭਾਣਜੇ ਤੇ ਸਾਲੇ ਦੀ ਹੋਈ ਮੌਤ। ਸੜਕ 'ਤੇ ਅਚਾਨਕ ਅਵਾਰਾ ਪਸ਼ੂ ਆ ਗਿਆ, ਬਾਈਕ ਦੀ ਟੱਕਰ, ਪੋਤਾ ਵਾਲ ਵਾਲ ਬਚਿਆ। ਪਟਿਆਲਾ 'ਚ 8 ਸਾਲਾ ਬੱਚੀ ਦੇ ਨਾਲ ਬਲਾਤਕਾਰ। ਸਕੂਲ ਦੇ ਪਾਰਕ 'ਚ ਖੇਡ ਰਹੀ ਸੀ ਮਾਸੂਮ, ਮੁਲਜ਼ਮ ਚੌਕਲੇਟ ਦਾ ਲਾਲਚ ਦੇ ਕੇ ਲੈ ਕੇ ਗਿਆ। ਧਾਰਮਿਕ ਸਥਾਨ 'ਤੇ ਝੰਡਾ ਚੜ੍ਹਾਉਣ ਸਮੇਂ ਨੌਜਵਾਨ ਦੀ ਹੋਈ ਮੌਤ, ਤਾਰਾਂ ਤੋਂ ਕਰੰਟ ਲੱਗਣ ਦੇ ਨਾਲ ਗਈ ਜਾਨ। ਜਲੰਧਰ ਦੇ ਜਗਦੀਪ ਸਿੰਘ ਉਰਫ ਜੱਗਾ ਵਜੋਂ ਹੋਈ ਨੌਜਵਾਨ ਦੀ ਪਛਾਣ। ਵਲਟੋਹਾ 'ਚ ਮਹਿਲਾ ਨੂੰ ਨਿਰਵਸਤਰ ਘੁਮਾਉਣ ਦਾ ਮਾਮਲਾ, ਪੁਲਿਸ ਵੱਲੋਂ ਔਰਤ ਸਮੇਤ 4 ਵਿਅਕਤੀ ਕੀਤੇ ਗਏ ਗ੍ਰਿਫਤਾਰ। ਬਾਕੀ ਦੋਸ਼ੀਆਂ ਦੀ ਜਲਦ ਹੀ ਨਿਆਂ ਦੇ ਕਟਹਿਰੇ 'ਚ ਲਿਆਉਣ ਦਾ ਦਿੱਤਾ ਭਰੋਸਾ। ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਤਰਨ ਤਾਰਨ ਰੋਡ ਵਿਖੇ ਬੈਂਕ ਲੁੱਟ ਮਾਮਲੇ ਨੂੰ ਸੁਲਝਾਇਆ। ਇੰਦਰਜੀਤ ਸਿੰਘ, ਸੂਰਜ ਤੇ ਪ੍ਰਿੰਸ ਨੂੰ ਕੀਤਾ ਗ੍ਰਿਫਤਾਰ। ਲੁੱਟੇ ਹੋਏ 7,70,000 ਫੜੇ, 1 ਪਿਸਟਲ ਤੇ 30 ਕਾਰਤੂਸ ਵੀ ਕੀਤੇ ਬਰਾਮਦ। ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, CP ਸਵਪਨ ਸ਼ਰਮਾ ਦੀ ਅਗਵਾਈ ਹੇਠ ਮਿਲੀ ਸਫਲਤਾ। ਹੈਰੋਇਨ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼, 180 ਗ੍ਰਾਮ ਹੈਰੋਇਨ ਸਮੇਤ 2 ਜਣੇ ਗ੍ਰਿਫਤਾਰ। 1 ਮਹੀਨਾ ਪਹਿਲਾਂ ਸਾਊਦੀ ਅਰਬ ਗਏ ਨੌਜਵਾਨ ਦੀ ਹੋਈ ਮੌਤ, ਦਿਲ ਦਾ ਦੌਰਾ ਪੈਣ ਦੇ ਕਰਕੇ ਗਈ ਜਾਨ। ਕੁਲਵਿੰਦਰ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ। ਦਿੱਲੀ ਹਵਾਈ ਅੱਡੇ ਨੂੰ ਪਰਮਾਣੂ ਬੰਬ ਦੇ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ 2 ਯਾਤਰੀ ਗ੍ਰਿਫਤਾਰ। ਧਮਕੀ ਮਿਲਣ ਮਗਰੋਂ ਸੁਰੱਖਿਆ ਏਜੰਸੀ ਅਲਰਟ ਤੇ ਦੋਹਾਂ ਦੇ ਖਿਲਾਫ ਏਅਰਪੋਰਟ ਥਾਣੇ ਦੇ ਵਿੱਚ ਦਰਜ ਕੀਤੀ ਗਈ FIR। PM ਨਰਿੰਦਰ ਮੋਦੀ ਦੇ ਰੋਡ ਸ਼ੋਅ ਦੇ ਦੌਰਾਨ ਵਾਪਰਿਆ ਵੱਡਾ ਹਾਦਸਾ। ਜਬਲਪੁਰ 'ਚ ਰੋਡ ਸ਼ੋਅ ਦੇ ਦੌਰਾਨ ਡਿੱਗੀ ਸਟੇਜ, ਪੁਲਿਸ ਮੁਲਾਜ਼ਮ ਸਣੇ 4 ਲੋਕ ਹੋਏ ਜ਼ਖਮੀ। ਲੋਕ ਸਭਾ ਚੋਣਾਂ ਦੇ ਵਿਚਾਲੇ ਕਰਨਾਟਕ 'ਚ ਵੱਡੀ ਰਿਕਵਰੀ, ਸੁਨਿਆਰੇ ਤੇ ਘਰੋਂ 5,60,00,000 ਰੁਪਏ ਦੀ ਨਕਦੀ ਬਰਾਮਦ। ਪੁਲਿਸ ਨੇ ਜਵੈਲਰੀ ਸ਼ੋਪ ਦੇ ਮਾਲਕ ਦੇ ਘਰ ਕੀਤੀ ਸੀ ਰੇਡ, 3 ਕਿਲੋ ਸੋਨਾ, 103 ਕਿਲੋ ਚਾਂਦੀ ਵੀ ਬਰਾਮਦ। ਪੁਲਿਸ ਨੇ ਜਵੈਲਰੀ ਸ਼ੋਪ ਦੇ ਮਾਲਕ ਨੂੰ ਹਿਰਾਸਤ 'ਚ ਲਿਆ।
10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਦਾ ਸੰਨੀ ਮਾਲਟਨ ਦੇ ਨਾਲ ਨਵਾਂ ਗੀਤ 410। ਸੰਨੀ ਮਾਲਟਨ ਨੇ ਇੰਸਟਾਗ੍ਰਾਮ ਤੇ ਦਿੱਤੀ ਜਾਣਕਾਰੀ। ਹੈਡਲਾਈਨਸ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।